ਸਾਡੀ ਪੁਰਾਣੀ ਆਦਤ ਹੈ ਵੀ ਦਿਨ ਰਾਤ ਇੱਕ ਦੂਸਰੇ ਨੂੰ ਗਾਲ ਮੰਦਾ ਕਰੀਦਾ। ਅਸੀਂ ਪੰਜਾਬੀ ਵੀ ਕਿਸੇ ਤੋਂ ਪਿੱਛੇ ਨਹੀਂ, ਲੇਕਿਨ ਜੇ ਕੋਈ ਬਾਹਰ ਵਾਲਾ ਸਾਨੂੰ ਗਾਲ ਕੱਢ ਦੇਵੇ ਤਾਂ ਬੜੀ ਕੌੜ ਚੜ੍ਹਦੀ। ਅਸੀਂ ਆਪਣੇ ਝਗੜੇ ਭੁੱਲ ਕੇ ਇਕੱਠੇ ਹੋ ਜਾਂਦੇ ਹਾਂ ਅਤੇ ਬਾਹਰ ਵਾਲੇ ਦੇ ਪਿੱਛੇ ਪੈ ਜਾਂਦੇ ਹਾਂ ਵੀ ਸਾਡੀ ਆਪਸ ਦੀ ਘਰ ਦੀ ਗੱਲ ਸੀ, ਤੂੰ ਕੌਣ ਹੁੰਦਾ ਸਾਨੂੰ ਕੁਛ ਕਹਿਣ ਵਾਲਾ। ਦੁਬਈ ਵਿੱਚ ਕੋਈ ਪੁਲਿਸ ਦਾ ਵੱਡਾ ਅਫਸਰ ਹੈ, ਉਹ ਆਉਂਦਾ ਵੀ ਉਹਦੇ ਮੁਲਕ ਵਿੱਚ ਰਹਿਣ ਵਾਲੇ ਪਾਕਿਸਤਾਨੀ ਬੜੇ ਬਦਮਾਸ਼ ਨੇ, ਚਰਸਾਂ ਅਫੀਮਾਂ ਵੇਚਦੇ ਨੇ। ਨਾਲ ਇਹ ਵੀ ਆਉਂਦਾ ਵੀ ਇੰਡੀਅਨ ਪਾਕਿਸਤਾਨੀਆਂ ਦੇ ਮੁਕਾਬਲੇ 'ਚ ਬੜੇ ਡਿਸਿਪਲਨ ਹੁੰਦੇ ਨੇ। ਦੁਬਈ ਦਾ ਪੁਲਸੀਆ ਇੱਥੇ ਹੀ ਨਹੀਂ ਰੁਕਿਆ, ਇਹ ਵੀ ਆਉਂਦਾ ਵੀ ਸਾਨੂੰ ਪਾਕਿਸਤਾਨੀਆਂ ਨਾਲ ਉਹ ਹੀ ਕਰਨਾ ਚਾਹੀਦਾ ਜਿਹੜਾ ਅਸੀਂ ਬੰਗਲਾਦੇਸ਼ੀਆਂ ਨਾਲ ਕੀਤਾ ਸੀ। ਪੁਲਸੀਆ ਕਿਤੇ ਦਾ ਵੀ ਹੋਵੇ, ਸ਼ਰੀਫ ਬੰਦਾ ਉਹਦੇ ਕੋਲੋਂ ਡਰਦਾ ਹੀ ਰਹਿੰਦਾ। ਅਤੇ ਇਹ ਤਾਂ ਉਸ ਮੁਲਕ ਦਾ ਅਫਸਰ ਹੈ ਜਿਹਨੂੰ ਅਸੀਂ ਬਰਾਦਰ ਇਸਲਾਮੀ ਮੁਲਕ ਆਉਂਦੇ ਹਾਂ। ਜਦੋਂ ਉੱਥੇ ਦੇ ਸ਼ੇਖ ਸ਼ਿਕਾਰ ਲਈ ਪਾਕਿਸਤਾਨ ਆਉਂਦੇ ਨੇ ਅਤੇ ਸਾਡੇ ਵੱਡੇ ਵਡੇਰੇ ਇੰਜ ਜੀਆਂ ਨੂੰ ਆਖਦੇ ਨੇ ਜਿਵੇਂ ਉਹਨਾਂ ਦੇ ਘਰ ਫਰਿਸ਼ਤਿਆਂ ਦੀ ਜੰਝ ਢੁੱਕੀ ਹੋਵੇ। ਸਾਡੀਆਂ ਅਦਾਲਤਾਂ ਹੁਕਮ ਦੇ ਕੇ ਹੰਭ ਗਈਆਂ ਨੇ ਵੀ ਜਿਹੜੇ ਪਖੇਰੂ ਇਹ ਅਰਬੀ ਸ਼ੇਖ ਮਾਰਦੇ ਨੇ ਉਹਨਾਂ ਦੀ ਨਸਲ ਮੁੱਕਣ ਵਾਲੀ ਜੇ, ਇਹਨਾਂ ਨੂੰ ਰੋਕੋ। ਹਕੂਮਤ ਆਉਂਦੀ ਰਹਿੰਦੀ ਹੈ ਵੀ ਬਰਾਦਰ ਇਸਲਾਮੀ ਮੁਲਕ ਤੋਂ ਆਏ ਪ੍ਰਾਹੁਣੇ ਨੇ, ਇਹਨਾਂ ਨੂੰ ਕਿਵੇਂ ਰੋਕੀਏ। ਪ੍ਰਾਹੁਣੇ ਭਾਵੇਂ ਸਾਰੇ ਪਾਕਿਸਤਾਨੀਆਂ ਨੂੰ ਨਜਾਇਜ਼ ਫਰੋਸ਼ੀ ਦੇ ਮੇਲੇ ਮਾਰਦੇ ਰਹਿਣ। ਛੋਟਿਆਂ ਹੁੰਦਿਆਂ ਪੀ ਟੀ ਵੀ 'ਤੇ ਇੱਕ ਡਰਾਮਾ ਚੱਲਿਆ ਸੀ, ਉਹਦਾ ਨਾਂ ਸੀ ਦੁਬਈ ਚਲੋ। ਸਾਡੇ ਵੱਡੇ ਦਾਨਿਸ਼ਵਰ ਪ੍ਰੋਡਿਊਸਰ ਆਰਿਫ ਵਕਾਰ ਸਾਹਿਬ ਨੇ ਲਿਖਿਆ ਅਤੇ ਬਣਾਇਆ ਸੀ। ਡਰਾਮੇ ਵਿੱਚ ਇੱਕ ਪਿੰਡ ਦਾ ਭੋਲਾ ਜਵਾਨ ਦੁਬਈ ਜਾਣ ਦੇ ਸ਼ੌਕ ਵਿੱਚ ਪਿੰਡੋਂ ਨਿਕਲਦਾ ਅਤੇ ਬੜੇ ਧੱਕੇ ਖਾਂਦਾ। ਡਰਾਮਾ ਕੀ ਸੀ? ਪੰਜਾਬ ਦੇ ਘਰ ਘਰ ਦੀ ਕਹਾਣੀ ਸੀ। ਪੰਜਾਬ ਦੇ ਹਰ ਦੂਸਰੇ ਘਰ ਤੋਂ ਜਵਾਨ ਦੁਬਈ ਅਤੇ ਦੂਸਰੇ ਮੁਲਕਾਂ ਵੱਲ ਜਾ ਰਹੇ ਸਨ। ਜਿਹੜੇ ਮਾਤੜ ਨਹੀਂ ਜਾ ਸਕਦੇ ਸਨ ਉਹ ਜਾਣ ਦੇ ਖਾਬ ਵੇਖਦੇ ਰਹਿੰਦੇ ਸਨ। ਦੁਬਈ ਜਾ ਕੇ ਇਹਨਾਂ ਮੁੰਡਿਆਂ ਨੇ ਦਿਰਮ ਪੰਜਾਬ ਭੇਜੇ ਅਤੇ ਪੰਜਾਬ ਵਿੱਚ ਨਵੇਂ ਹੀ ਰੰਗ ਆ ਗਏ। ਸਭ ਤੋਂ ਪਹਿਲਾਂ ਕੇਸਟਾਂ ਵਾਲੇ ਵਾਜੇ ਆਏ ਅਤੇ ਅਤਾਉਲਾ ਈਸਾ ਖੇਲਵੀ ਅਤੇ ਨੁਸਰਤ ਫਤਿਹ ਅਲੀ ਖਾਨ ਹਰ ਗਲੀ ਦੀ ਨੁੱਕੜ 'ਤੇ ਗਾਉਣ ਲੱਗ ਪਏ। ਕਮੀਜ਼ ਤੇਰੀ ਕਾਲੀ ਹੋਈ ਅਤੇ ਹਰ ਬੰਦਾ ਮੈਂ ਜਾਣਾ ਜੋਗੀ ਦੇ ਨਾਲ ਦਾ ਨਾਰਾ ਲਾਉਣ ਲੱਗ ਪਿਆ। ਕੱਚੇ ਘਰ ਪੱਕੇ ਹੋਏ ਅਤੇ ਉੱਤੇ ਹਾਜ਼ਾ ਮਿਨ ਫਜ਼ਲੇ ਰੱਬੀ ਦੇ ਦਾਅਵੇ ਲਿਖੇ ਗਏ। ਹਰ ਬੈਠਕ ਵਿੱਚ ਇੱਕ ਸੁਨਹਿਰਾ ਡੱਬਾ ਆ ਗਿਆ ਜਿਹਦੇ ਵਿੱਚ ਕਾਗਜ਼ ਦੇ ਟਿਸ਼ੂ ਵੀ ਆ ਗਏ। ਦੁਬਈ ਚਲੋ ਡਰਾਮਾ ਐਡਾ ਹਿੱਟ ਹੋਇਆ ਵੀ ਉਹਦੇ 'ਤੇ ਇੱਕ ਫਿਲਮ ਵੀ ਬਣੀ ਜਿਹੜੀ ਆਪ ਬਹੁਤ ਹਿੱਟ ਹੋਈ। ਫਿਲਮਾਂ ਵਿੱਚ ਗਾਣੇ ਵੀ ਹੁੰਦੇ ਨੇ ਅਤੇ ਇੱਕ ਗਾਣਾ ਮੈਨੂੰ ਅੱਜ ਤੱਕ ਯਾਦ ਹੈ। ਅੱਜ ਮੈਨੂੰ ਮਿਲ ਗਿਆ ਵੀਜ਼ਾ ਦੁਬਈ ਦਾ, ਕਾਰ ਟਿਓਟਾ ਲੈਣੀ, ਕੌਡੀਆਂ ਦੇ ਭਾਅ ਪੈਣੀ, ਛੇਤੀ ਜਾਣਾ ਚਾਹੀਦਾ। ਅੱਜ ਮੈਨੂੰ ਮਿਲ ਗਿਆ ਵੀਜ਼ਾ ਦੁਬਈ ਦਾ। ਗਾਣਾ ਕੀ ਸੀ? ਇੱਕ ਤਰਾਨਾ ਜਿਹਾ ਸੀ। ਰੰਗਦਾਰ ਟੀ ਵੀ ਲੈ ਕੇ ਵੇਖਾਂਗਾ ਮੈਂ ਇਕੱਲਾ ਬਹਿ ਕੇ, ਕਰਾਂਗਾ ਮਜ਼ਦੂਰੀਆਂ ਮੈਂ ਵਤਨਾਂ ਤੋਂ ਦੂਰ ਰਹਿ ਕੇ। ਟਿਓਟਾ ਗੱਡੀਆਂ ਵੀ ਆਈਆਂ ਅਤੇ ਰੰਗਦਾਰ ਟੀ ਵੀ ਆਏ, ਪਰ ਨਾਲ ਨਾਲ ਦੁਬਈ ਦੇ ਦਿਰਮਾਂ ਦੇ ਸਾਡੀ ਰਹਿਤਲ ਵੀ ਬਦਲ ਛੱਡੀ। ਇੱਕ ਵਾਬੀ ਟਾਈਪ ਸੋਚ ਵੀ ਆ ਗਈ, ਬੁਰਕੇ ਵੀ ਆ ਗਏ ਅਤੇ ਕਈ ਪੰਜਾਬੀ ਆਪਣੇ ਆਪ ਨੂੰ ਮਾੜਾ ਮੋਟਾ ਅਰਬੀ ਸਮਝਣ ਲੱਗ ਪਏ। ਹੁਣ ਦੁਬਈ ਜਾਣ ਦਾ ਸ਼ੌਕ ਥੋੜ੍ਹਾ ਘੱਟ ਗਿਆ। ਲੋਕ ਸਾਨੂੰ ਦੱਸਦੇ ਨੇ ਵੀ ਲਾਹੌਰ ਹੀ ਦੁਬਈ ਬਣ ਗਿਆ, ਦੁਬਈ ਜਾਣ ਦੀ ਕੀ ਲੋੜ ਹੈ। ਲੇਕਿਨ ਸਾਡੇ ਪੰਜਾਬੀਆਂ ਦਾ ਅਰਬੀ ਬਣਨ ਦਾ ਸ਼ੌਕ ਅਜੇ ਪੂਰਾ ਨਹੀਂ ਹੋਇਆ। ਗੱਡੀ ਟਿਓਟਾ ਹੀ ਲੈਂਦੇ ਨੇ ਅਤੇ ਨੰਬਰ ਪਲੇਟ ਉੱਤੇ ਅਲ ਪਾਕਿਸਤਾਨ ਲਿਖਵਾ ਲੈਂਦੇ ਨੇ। ਡਰ ਲੱਗਦਾ ਵੀ ਪੰਜਾਬ ਵੀ ਕਿਸੇ ਦਿਨ ਅਲ ਪੰਜਾਬ ਨਾ ਬਣ ਜਾਵੇ। ਦੁਬਈ ਚਲੋ ਫਿਲਮ ਵਿੱਚ ਇੱਕ ਹੋਰ ਵੀ ਗਾਣਾ ਸੀ ਅਤੇ ਹੁਣ ਲੱਗਦਾ ਕਿਸੇ ਦੁਬਈ ਦੇ ਪੁਲਸੀਏ ਵਾਸਤੇ ਲਿਖਿਆ ਗਿਆ ਹੋਏਗਾ। ਦੂਰੋਂ ਦੂਰੋਂ ਅੱਖੀਆਂ ਮਾਰੇ ਮੁੰਡਾ ਪਟਵਾਰੀ ਦਾ, ਸਾਨੂੰ ਦੇ ਗਿਆ ਝੂਠੇ ਲਾਰੇ ਮੁੰਡਾ ਪਟਵਾਰੀ ਦਾ। ਜਿਉਂਦੇ ਰਹੋ, ਰੱਬ ਰਾਖਾ।